ਸਾਰਿਆਂ ਨੂੰ ਸਾਡੇ ਦੋਵਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਇੱਕ ਤੁਹਾਡੇ ਵਾਸਤੇ ਇੰਟਰਸਟਿੰਗ ਚੀਜ਼ ਲੈ ਕੇ ਆਏ ਹਾਂ। ਗੱਲ ਬਹੁਤ ਜ਼ਿਆਦਾ ਪੁਰਾਣੀ ਹੈ, ਬਟ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਗੱਲ ਇੱਦਾਂ ਹੈ ਕਿ 2017 ਦੇ ਵਿੱਚ ਗੁਰਪ੍ਰੀਤ ਘੋਗੀ ਭਾਅ ਜੀ ਆਏ ਸੀ ਕਾਦੀਆਂ, ਇੱਥੇ ਜਦੋਂ ਵੋਟਾਂ ਸੀ ਮੀਨਾਰ ਦੇ ਕੋਲ ਆਏ ਹੋਏ ਸੀ। ਉਹਨਾਂ ਦੇ ਕਿਸੇ ਆਫਿਸ ਦੇ ਵਿੱਚ ਉਹ ਆਏ ਹੋਏ ਸੀ ਅਤੇ ਅਸੀਂ ਜਿਹੜੇ ਮੇਨ ਗੇਟ ਥਾਣੀ ਗੁਰਪ੍ਰੀਤ ਘੋਗੀ ਭਾਅ ਜੀ ਨੇ ਐਂਟਰੀ ਕੀਤੀ ਸੀ, ਅਸੀਂ ਉੱਥੇ ਖਲੋਤੇ ਰਹੇ। ਅਸੀਂ ਕਿਹਾ ਨਿਕਲਣਾ ਤਾਂ ਇੱਥੋਂ ਹੀ ਆ ਭਾਅ ਜੀ ਨੇ, 35-40 ਮਿੰਟ ਹੋ ਗਏ ਅਤੇ ਅਸੀਂ ਉੱਥੇ ਖਲੋਤੇ ਰਹੇ ਅਤੇ ਗੁਰਪ੍ਰੀਤ ਘੋਗੀ ਭਾਅ ਜੀ ਮਗਰਲੇ ਗੇਟ ਥਾਣੀ, ਜਿੱਦਾਂ ਘੁੱਗੀ ਨਾਮ ਤੋਂ ਸਾਰੇ ਜਾਣਦੇ ਆ, ਅਤੇ ਮੁੰਡਿਆਂ ਨੇ ਕਿਹਾ ਓਏ ਉਹ ਹੀ ਆ ਘੁੱਗੀ, ਅਤੇ ਅਸੀਂ ਵੇਖਿਆ ਮੈਂ ਘੁੱਗੀ ਭਾਅ ਜੀ ਉੱਧਰ ਚੱਲ ਗਏ ਆ, ਅਤੇ ਮੈਂ ਅਤੇ ਮੇਰਾ ਕਜ਼ਨ ਬ੍ਰਦਰ ਭੱਜ ਕੇ ਗਏ ਅਤੇ ਅਸੀਂ ਗੱਡੀ ਦੇ ਅੱਗੇ ਜਾ ਕੇ ਖਲੋ ਗਏ ਅਤੇ ਭਾਅ ਜੀ ਅੰਦਰ ਵੜਨ ਲੱਗੇ ਅਤੇ ਮੇਰੇ ਕੋਲ ਮੋਬਾਈਲ ਹੁੰਦਾ ਸੀ, ਉਹ ਮੋਬਾਈਲ ਫੜ ਕੇ ਲਿਆ ਵਿਖਾਵਾਂ, ਉਹ ਉੱਥੇ ਪਿਆ ਸੀ ਨੁੱਕਰ 'ਚ। ਆਹ ਵੇਖੋ ਆਹ ਮੋਬਾਈਲ ਸੀ ਸਾਡੇ ਕੋਲ ਉਦੋਂ ਹੁੰਦਾ, ਉਦੋਂ ਆਹ ਵਾਲਾ ਮੋਬਾਈਲ ਆਪਾਂ ਯੂਜ਼ ਕਰਦੇ ਹੁੰਦੇ ਸੀ। ਆਹ ਵੇਖੋ ਅਤੇ ਗੁਰਪ੍ਰੀਤ ਘੁੱਗੀ ਭਾਅ ਜੀ ਜਦੋਂ ਆਏ ਅਤੇ ਮੈਂ ਇੱਦਾਂ ਕਰਤਾ, ਫਰੰਟ ਕੈਮਰਾ ਸੀ ਨਾ ਬੜਾ ਮਤਲਬ ਬਲਰ ਜਿਹਾ ਆਵੇ, ਬੜਾ ਹੋਰ ਤਰ੍ਹਾਂ ਆਵੇ ਫੋਟੋ, ਅਤੇ ਮੈਂ ਚੱਲ ਬੈਕ ਕੈਮਰਾ ਵੇਖਦਾ ਵਾਂ, ਅਤੇ ਹੈ ਤਾਂ ਇਹਦਾ ਬੈਕ ਕੈਮਰਾ ਵੀ ਇੱਦਾਂ ਵੇਖ ਲਓ ਕੀ ਹਾਲਤ ਹੋਈ ਪਈ ਇਹਦੀ, ਹੈ ਤਾਂ ਇੱਦਾਂ ਦਾ ਹੀ ਫੋਨ, ਅਤੇ ਮੈਂ ਫੋਟੋ ਖਿੱਚਣ ਲੱਗਾ। ਹੁਣ ਮੈਂ ਵੇਖੋ ਕੀ ਕੀਤਾ ਫੋਟੋ ਖਿੱਚਣ ਵਾਸਤੇ, ਮੈਂ ਇੱਦਾਂ ਕੀਤਾ, ਮੰਨ ਲਓ ਆਹ ਮੈਂ ਹਾਂ ਅਤੇ ਘੁੱਗੀ ਭਾਅ ਜੀ ਕਰਦੇ, ਕਹਿੰਦੇ ਇੱਕ ਤਾਂ ਤੁਹਾਡੀ ਆ ਕੈਮਰੇ ਦੀ ਬਹੁਤ ਪ੍ਰੋਬਲਮ ਆਈ ਯਾਰ, ਇੰਨੀ ਸਟਰਗਲ ਦੇ ਬਾਵਜੂਦ ਜਿਹੜੀ ਆਪਾਂ ਫੋਟੋ ਕਲਿੱਕ ਕੀਤੀ ਉਹ ਆਹ ਫੋਟੋ, ਇਹ ਤੁਹਾਡੀ ਜਿਹੜੀ ਸਕਰੀਨ ਦੇ ਉੱਤੇ ਸ਼ੋਅ ਹੋ ਰਹੀ ਆ, ਇਹ ਫੋਟੋ ਉਹਦਾ ਆਪਾਂ ਕਲਿੱਕ ਕੀਤੀ 2017 ਦੇ ਵਿੱਚ। ਫਿਰ ਫੋਟੋ ਕਲਿੱਕ ਕਰਕੇ ਗੁਰਪ੍ਰੀਤ ਭਾਅ ਜੀ ਬਹਿ ਗਏ ਆਪਣੀ ਗੱਡੀ 'ਚ ਅਤੇ ਚਲੇ ਗਏ, ਅਤੇ ਭਾਅ ਜੀ ਜਦੋਂ ਕਾਦੀਆਂ ਤੋਂ ਜਦੋਂ ਤੱਕ ਬਾਹਰ ਨਹੀਂ ਨਿਕਲਦੇ ਅਸੀਂ ਨਾਲ ਨਾਲ, ਮੇਰਾ ਜਿਹੜਾ ਚਾਚੇ ਦਾ ਮੁੰਡਾ ਪਿੱਛੇ ਬੈਠਾ ਸੀ, ਪਾ ਜਾਂਦੇ ਜਾਂਦੇ, ਮੈਂ ਉਹਨਾਂ ਨੇ ਅੰਮ੍ਰਿਤਸਰ ਜਾਣਾ ਆਪਾਂ ਤੇਲ, ਪੰਜਾਬ ਦਾ ਤੇਲ ਪਾਇਆ ਆਪਾਂ। ਉਸ ਤੋਂ ਬਾਅਦ 2 ਸਾਲਾਂ ਬਾਅਦ, ਪੂਰੇ 2 ਸਾਲਾਂ ਬਾਅਦ 2019 ਦੇ ਵਿੱਚ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ, ਉਹ ਐਕਟ ਨੂੰ ਮੈਂ ਰੀਕ੍ਰੀਏਟ ਕੀਤਾ ਸੀ ਅਤੇ ਉਸ ਐਕਟ ਨੂੰ ਲੱਖਾਂ ਵਿਊਜ਼ ਮਿਲੇ ਸੀ। ਤੁਸੀਂ ਆਹ ਫੋਟੋ ਵੀ ਵੇਖ ਸਕਦੇ ਹੋ, ਮੈਂ ਨਾਲ ਪਾ ਰਿਹਾ ਹਾਂ ਫੋਟੋ, ਅਤੇ ਤੁਸੀਂ ਵਿਊ ਚੈੱਕ ਕਰ ਸਕਦੇ ਹੋ। ਉਸ ਵੀਡੀਓ ਨੂੰ ਮੇਰੇ ਉਸ ਵੀਡੀਓ ਨੂੰ ਗੁਰਪ੍ਰੀਤ ਘੁੱਗੀ ਭਾਅ ਜੀ ਵੱਲੋਂ ਲਾਈਕ ਕੀਤਾ ਗਿਆ ਸੀ, ਤੁਸੀਂ ਉਹ ਵੀ ਦੇਖ ਸਕਦੇ ਹੋ। ਮੈਂ ਅੱਗੇ ਛੋਟੀ ਜਿਹੀ ਕਲਿੱਪ ਐਡ ਕਰਦਾ, ਤੁਸੀਂ ਪਹਿਲਾਂ ਥੋੜ੍ਹੀ ਜਿਹੀ ਕਲਿੱਪ ਦੇਖੋ। ਸੁਪਨੇ 'ਚ ਆਉਂਦੀ ਮੇਰੀ ਬੀਬੀ, ਸੁਪਨੇ 'ਚ ਆ ਕੇ ਬੜਾ ਪਿਆਰ ਕਰਦੀ ਮੈਨੂੰ, ਮੇਰੇ ਵਾਲਾਂ ਦੇ ਵਿੱਚ ਹੱਥ ਫੇਰਦੀ ਮੈਨੂੰ, ਮੇਰੇ ਤੇਲ ਮਲਦੀ, ਮੇਰਾ ਜੂੜਾ ਕਰਦੀ ਆ। ਉਸ ਤੋਂ ਬਾਅਦ ਅਸੀਂ ਕਿਸੇ ਦੇ ਥਰੂ ਕੋਸ਼ਿਸ਼ ਕੀਤੀ ਚਲੋ ਭਾਅ ਜੀ ਨਾਲ ਮਿਲਿਆ ਜਾਏ, ਅਤੇ ਜਦੋਂ ਗੱਲਬਾਤ ਹੋਈ ਫਿਰ ਆਪਾਂ ਚੰਡੀਗੜ੍ਹ ਗਏ ਭਾਅ ਜੀ ਨੂੰ ਮਿਲਣ, ਅਤੇ ਰਾਹ ਦੇ ਵਿੱਚ ਆਪਾਂ ਲੱਕੀ ਢਾਬੇ 'ਤੇ ਖੜ੍ਹੇ, ਆ ਤੁਸੀਂ ਦੇਖ ਸਕਦੇ ਹੋ ਮੇਰੀ ਫੋਟੋ, ਪਰ ਜਿਹੜੀ ਆ ਗੱਡੀ ਆ ਇਹ ਗੱਡੀ ਮੇਰੀ ਨਹੀਂ ਆ, ਇਹ ਮੈਨੂੰ ਉਦਾਂ ਵਧੀਆ ਲੱਗੀ ਸੀ ਅਤੇ ਮੈਂ ਫੋਟੋ ਖਿਚਾਈ, ਗੱਡੀ ਨਹੀਂ ਆਪਣੀ ਤੇ ਗਈ ਸੀ, ਮੈਨੂੰ ਉਦਾਂ ਵਧੀਆ ਲੱਗੀ ਸੀ ਅਤੇ ਮੈਂ ਫੋਟੋ ਖਿਚਾ ਲਈ। ਅਤੇ ਉਸ ਤੋਂ ਬਾਅਦ ਅਸੀਂ ਜਦੋਂ ਉੱਥੇ ਪਹੁੰਚੇ ਆਪਾਂ ਰੈਸਟ ਕੀਤੀ, ਰੈਸਟ ਕਰਕੇ ਅਤੇ ਫਿਰ ਆਪਾਂ ਚੰਡੀਗੜ੍ਹ ਘੁੰਮੇ, ਆਪਾਂ ਇਲਾਂਟੇ ਮਾਲ ਗਏ। ਆਹ ਇਲਾਂਟੇ ਮਾਲ ਦੀ ਫੋਟੋ ਆ, ਆਹ ਦੇਖ ਸਕਦੇ ਤੁਸੀਂ ਨਾਲ ਆ ਰਿਹਾ ਆਈ ਲਵ CHANDI ਚੰਡ, ਚੰਡ ਨਹੀਂ ਮਾਮਾ ਚੰਡੀਗੜ੍ਹ, ਆਹ ਵੇਖਿਓ ਲਿਖਿਆ ਨਾ CHANDI, ਅੱਧਾ ਅੱਧਾ ਪੜ੍ਹਨ ਡਿਆ ਕਹਿੰਦਾ ਜੋੜ ਲਾ ਕੇ ਕਹਿੰਦਾ ਚੰਡ, ਆਈ ਲਵ ਚੰਡੀਗੜ੍ਹ ਮਾਮਾ, ਅਸੀਂ ਚੰਡੀਗੜ੍ਹ ਗਏ। ਉਸ ਤੋਂ ਬਾਅਦ ਕਿੱਥੇ ਗਏ? ਉਸ ਤੋਂ ਬਾਅਦ ਅਸੀਂ ਪਿੰਜੋਰ ਗਾਰਡਨ ਗਏ ਸਾਂ, ਅਤੇ ਉਸ ਤੋਂ ਬਾਅਦ ਜਦੋਂ ਆਪਾਂ ਪਿੰਜੋਰ ਗਾਰਡਨ ਘੁੰਮਦੇ ਪਏ ਸਾਂ ਅਤੇ ਸਾਨੂੰ ਨਾ ਕਾਲ ਆਈ, ਗੁਰਪ੍ਰੀਤ ਘੁੱਗੀ ਭਾਅ ਜੀ ਦੇ ਜਿਹੜੇ ਨਾਲ ਹੈਗੇ ਸੀ ਉਹਨਾਂ ਨਾਲ ਗੱਲ ਹੋਈ ਕਿ ਭਾਅ ਜੀ ਜਿਹੜੇ ਸ਼ੂਟਿੰਗ ਕਰ ਰਹੇ ਆ ਅਤੇ ਆਪਾਂ ਜਿਹੜਾ ਆ ਸ਼ਾਮ ਨੂੰ ਮਿਲ ਸਕਦੇ ਹਾਂ, ਕਿ ਰਾਤ ਨੂੰ 8 ਵਜੇ ਨਾਲ ਤੁਸੀਂ ਗੁਰਪ੍ਰੀਤ ਘੁੱਗੀ ਭਾਅ ਜੀ ਨੂੰ ਇਹ ਸੈਕਟਰ 'ਚ ਇਹ ਰੈਸਟੋਰੈਂਟ ਆ ਉੱਥੇ ਆ ਕੇ ਮਿਲੋ। ਚਾਹ ਹੀ ਇੰਨਾ ਹੀ 7 ਵਜੇ ਜਾ ਕੇ ਬਹਿ ਗਿਆ ਮੈਂ ਉੱਥੇ, ਅਤੇ 8 ਵਜੇ ਭਾਅ ਜੀ ਨੇ ਕਿਹਾ ਸੀ, ਭਾਅ ਜੀ 5-10 ਮਿੰਟ ਲੇਟ ਬਾਅਦ 8:15 ਭਾਅ ਜੀ ਆ ਗਏ, ਅਤੇ ਜਦੋਂ ਭਾਅ ਜੀ ਆਏ ਆ ਭਾਅ ਜੀ ਨੂੰ ਫੁੱਟ ਵਿਸ਼ ਕੀਤੀ ਅਤੇ ਮੈਂ ਫੁੱਟ ਵਿਸ਼ ਕੀਤੀ ਅਤੇ ਭਾਅ ਜੀ ਨੇ ਮੈਨੂੰ ਮਤਲਬ ਜੱਫੀ ਪਾ ਲਈ ਕਿ ਹੋਰ ਠੀਕ ਠਾਕ ਭਾਅ ਜੀ ਨੇ ਇੱਦਾਂ ਇੱਦਾਂ ਕੀਤਾ, ਅਤੇ ਮੈਂ ਹਾਂਜੀ ਭਾਅ ਜੀ ਬਹੁਤ ਵਧੀਆ, ਅਤੇ ਬੜਾ ਵਧੀਆ ਫੀਲ ਹੋਇਆ ਇੱਕ, ਮਤਲਬ ਇੱਕ ਹੁੰਦਾ ਨਾ ਕਿ ਇੱਕ ਉਹ ਐਕਟਰ ਆ ਅਤੇ ਤਾਂ ਕਰਕੇ ਇੱਕ ਇੱਦਾਂ ਫੀਲ ਹੋਇਆ ਕਿ ਨਹੀਂ ਆਪਣਾ ਵਾ ਕੁਝ। ਅਤੇ ਫਿਰ ਉਸ ਤੋਂ ਬਾਅਦ ਅਸੀਂ ਅੰਦਰ ਜਾ ਕੇ ਬੈਠ ਗਏ
ਤੇ ਜਦੋਂ ਅਸੀਂ ਬੈਠੇ ਹਾਂ ਤਾਂ ਭਾਅ ਜੀ ਨੇ ਮੇਰੇ ਵੱਡੇ ਵੀਰ ਨੂੰ, ਮੇਰੇ ਪਾਪਾ ਨੂੰ, ਸਾਰਿਆਂ ਨੂੰ ਪੁੱਛਿਆ ਕਿ ਹਾਂ ਵੀ ਤੁਸੀਂ ਕੀ ਲਓਗੇ, ਤੁਸੀਂ ਕੀ ਲਓਗੇ। ਮੈਨੂੰ ਵੀ ਪੁੱਛਿਆ ਤੁਸੀਂ ਕੀ ਲਓਗੇ, ਚਾਹ ਪੀਓਗੇ, ਕੌਫੀ ਪੀਓਗੇ ਜਾਂ ਕੋਲਡ ਡਰਿੰਕ ਪੀਓਗੇ। ਚਲੋ ਜਿਹਦੀ ਜਿਹਦੀ ਜੋ ਜੋ ਪ੍ਰੈਫਰੈਂਸ ਸੀ ਉਹਨਾਂ ਨਾਲ ਉਹ ਔਡਰ ਕਰਤਾ। ਅਤੇ ਦੇਖੋ ਕਿੱਡੀ ਵਧੀਆ ਗੱਲ ਆ, ਜਦੋਂ ਸਰਵ ਕਰਨ ਵਾਸਤੇ ਆਏ, ਕੋਲਡ ਡਰਿੰਕ ਕੌਫੀ ਵਗੈਰਾ ਲੈ ਕੇ ਆਏ, ਤਾਂ ਉਹਨਾਂ ਨੇ ਚੌਕੇ 'ਤੇ ਗੁਰਪ੍ਰੀਤ ਘੁੱਗੀ ਭਾਈ ਦੇ ਅੱਗੇ ਰੱਖ ਤੀ। ਅਤੇ ਭਾਈ ਜੀ ਨੇ ਪਤਾ ਕੀ ਕਿਹਾ ਕਿ ਤੁਹਾਨੂੰ ਪਤਾ ਨਹੀਂ ਸਾਡੇ ਗੈਸਟ ਅੱਜ ਇਹ ਨੇ, ਕਹਿੰਦੇ ਪਹਿਲਾਂ ਇਹਨਾਂ ਨੂੰ ਦਿਓ। ਇੱਕ ਰਿਸਪੈਕਟ ਹੁੰਦੀ ਆ, ਉਹ ਕਹਿੰਦੇ ਆ ਨਾ, ਗਿਵ ਰਿਸਪੈਕਟ ਐਂਡ ਟੇਕ ਰਿਸਪੈਕਟ। ਉਸ ਤੋਂ ਬਾਅਦ ਜਦੋਂ ਆਪਾਂ ਚਾਹ ਪੀਣ ਲੱਗੇ ਅਤੇ ਸਾਡੇ ਅੱਗੇ ਚਾਹ ਪਈ ਸੀ, ਅਤੇ ਮੈਂ ਭਾਅ ਜੀ ਨੂੰ ਕਿਹਾ ਕਿ ਭਾਅ ਜੀ ਇੱਕ ਪਿਕਚਰ ਕਲਿੱਕ ਕਰ ਲਈਏ। ਅਤੇ ਭਾਅ ਜੀ ਕਹਿੰਦੇ ਹਾਂ ਹਾਂ ਸ਼ੋਰ ਸ਼ੋਰ ਕਰੋ। ਅਤੇ ਭਾਅ ਜੀ ਨੇ, ਮੈਂ ਪਰੇ ਬੈਠਾ ਹਾਂ, ਮਤਲਬ ਇੱਕ ਸੀਟ ਛੱਡ ਕੇ ਬੈਠਾ, ਭਾਅ ਜੀ ਕਹਿੰਦੇ ਇੱਧਰ ਆ ਮੇਰੇ ਕੋਲ ਆ। ਫਿਰ ਮੈਂ ਭਾਅ ਜੀ ਦੇ ਕੋਲ ਜਾ ਕੇ ਬੈਠਾ ਅਤੇ ਮੈਂ ਤੁਹਾਨੂੰ ਫੋਟੋ ਵਿਖਾਉਂਦਾ ਹਾਂ, ਆਹ ਫੋਟੋ। ਇੱਥੇ ਵੀ ਮੈਂ ਸ਼ੋਅ ਹੋ ਜਾਂਦੀ ਆ, ਬਟ ਮੈਂ ਤੁਹਾਨੂੰ ਮੋਬਾਈਲ 'ਚ ਵੀ ਦਿਖਾ ਦਿੰਦਾ। ਆਹ ਉਹ ਫੋਟੋ ਸੀ ਜਦੋਂ ਮੈਂ ਪਹਿਲੀ ਵਾਰੀ ਗੁਰਪ੍ਰੀਤ ਘੁੱਗੀ ਭਾਅ ਜੀ ਨਾਲ ਬੈਠ ਕੇ, ਇੱਦਾਂ ਜਿੱਦਾਂ ਮੈਂ ਅਤੇ ਬੈਠੀ ਹਾਂ, ਅਸੀਂ ਇੱਕ ਕੱਪ ਆਫ ਟੀ ਸ਼ੇਅਰ ਕੀਤਾ ਸੀ ਭਾਅ ਜੀ ਦੇ ਨਾਲ, ਬਹੁਤ ਹੀ ਜ਼ਿਆਦਾ ਵਧੀਆ ਨਾਲ ਗੱਲਾਂ ਬਾਤਾਂ ਕੀਤੀਆਂ ਅਸੀਂ ਗੁਰਪ੍ਰੀਤ ਘੁੱਗੀ ਭਾਅ ਜੀ ਨਾਲ। ਸਾਡੀ ਜਿਹੜੀ ਹੋਰ ਫੋਟੋ ਆ, ਉਸ ਤੋਂ ਬਾਅਦ ਜਦੋਂ ਆਪਾਂ ਚਾਹ ਪੀਂਦੇ ਪਏ ਸਾਂ, ਪੀਂਦੇ ਪੀਂਦੇ ਹੀ, ਅਤੇ ਗੁਰਪ੍ਰੀਤ ਘੁੱਗੀ ਭਾਅ ਜੀ ਨਾਲ ਗੱਲਾਂ ਵੀ ਕੀਤੀਆਂ ਅਸੀਂ, ਆਹ ਗੁਰਪ੍ਰੀਤ ਘੁੱਗੀ ਭਾਅ ਜੀ ਨਾਲ ਗੱਲਾਂ ਕਰਦੇ ਦੀ ਫੋਟੋ ਆ। ਉਸ ਤੋਂ ਬਾਅਦ ਜਿਹੜੀਆਂ ਮੇਰੀਆਂ ਬੈਸਟ ਵੀਡੀਓ ਸੀ, ਇੱਕ ਇੱਕ ਫਿਲਮ ਨਹੀਂ ਸੀ ਆਈ ਜਿਹਦਾ ਆਪਾਂ ਰੋਲ ਕੀਤਾ ਸੀ, ਕੋਠੇ ਮੰਜੇ ਬਿਸਤਰੇ, ਯਾਦ ਹੈ? ਅਸੀਂ ਮੰਜੇ ਬਿਸਤਰੇ ਦੀ ਟ੍ਰੇਲਰ ਬਣਾਇਆ ਸੀ, ਅਤੇ ਉਹ ਗੁਰਪ੍ਰੀਤ ਘੁੱਗੀ ਭਾਅ ਜੀ ਨੂੰ ਵਿਖਾਇਆ, ਅਤੇ ਗੁਰਪ੍ਰੀਤ ਘੁੱਗੀ ਭਾਅ ਜੀ ਨੇ ਉਹਦੀ ਵੀ ਬੜੀ ਪ੍ਰੇਜ਼ ਕੀਤੀ। ਆਹ ਮੈਂ ਵੀਡੀਓ ਜਿਹੜੀ ਗੁਰਪ੍ਰੀਤ ਘੁੱਗੀ ਭਾਅ ਜੀ ਨੂੰ ਦਿਖਾ ਰਿਹਾ, ਕਿਤੇ ਇੱਥੇ ਵੀ ਇੱਕ ਹੁੰਦਾ ਕਿ ਬੰਦਾ ਕਾਲਾ ਪੈ ਜਾਂਦਾ, ਬੜੇ ਆਰਾਮ ਨਾਲ, ਬੜੇ ਹਲੀਮੀ ਨਾਲ ਗੁਰਪ੍ਰੀਤ ਘੁੱਗੀ ਭਾਅ ਜੀ ਸਾਡੀ ਵੀਡੀਓ ਦੇਖ ਰਹੇ ਆ। ਅਤੇ ਉਸ ਤੋਂ ਬਾਅਦ ਜਦੋਂ ਆਪਾਂ ਉੱਠਣ ਲੱਗੇ ਹਾਂ, ਉਸ ਤੋਂ ਬਾਅਦ ਬਾਅਦ ਵਿੱਚ ਬਾਹਰ ਆ ਕੇ ਮੈਂ, ਮਤਲਬ ਭਾਅ ਜੀ ਨੇ ਵੀ ਦੱਸਿਆ ਕਿ ਹਾਂ ਵੀ ਇੱਦਾਂ ਵੀਡੀਓ ਬਣਾਉਣ ਦੇ ਨਾਲ ਨਾਲ, ਮਤਲਬ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਅਪਲੋਡ ਕਰਨ ਦੇ ਨਾਲ ਨਾਲ ਮੈਂ ਯੂਟਿਊਬਰ ਵੀ ਹਾਂ। ਉਹ ਆਪਣੀ ਜਿਹੜੀ ਉੱਪਰ ਬਲੈਕ ਸ਼ਰਟ ਪਾਈ ਹੋਈ ਸੀ ਉਹ ਉਤਾਰ ਕੇ ਫਿਰ ਫੋਟੋ ਖਿਚਾਈ। ਫਿਰ ਮੈਂ ਉਦੋਂ ਭਾਅ ਜੀ ਨੂੰ ਦੱਸਿਆ ਕਿ ਭਾਅ ਜੀ ਸ਼ਾਇਦ ਤੁਹਾਨੂੰ ਯਾਦ ਨਹੀਂ ਹੋਏਗਾ, ਬਟ 2017 ਦੇ ਵਿੱਚ ਤੁਸੀਂ ਕਾਦੀਆਂ ਆਏ ਸੀ ਅਤੇ ਇੱਕੋ ਬੰਦੇ ਨਾਲ ਫੋਟੋ ਖਿਚਾ ਕੇ ਗਏ ਸੀ, ਅਤੇ ਉਹ ਮੌਕਾ ਮੈਨੂੰ ਮਿਲਿਆ ਸੀ। ਅਤੇ ਆਹ ਉਹ ਫੋਟੋ ਸੀ ਜਦੋਂ ਮੈਨੂੰ ਇਕੱਲੇ ਨੂੰ ਮੌਕਾ ਮਿਲਿਆ, ਮਤਲਬ ਜਦੋਂ ਮੈਨੂੰ ਇਕੱਲੇ ਨੂੰ ਮੌਕਾ ਮਿਲਿਆ ਸੀ। ਅਤੇ ਉਸ ਤੋਂ ਬਾਅਦ ਅੱਜ ਮੈਂ, ਮਤਲਬ ਸਾਡੀ ਪਹਿਚਾਣ ਹੋ ਗਈ ਆ, ਅਤੇ ਆਹ ਜਿਹੜੀ ਸੀ ਉਹ ਡਿਫਰੈਂਸ ਸੀ ਫੋਟੋ ਦਾ। ਉਸ ਤੋਂ ਬਾਅਦ ਭਾਅ ਜੀ ਨੇ ਮੋਬਾਈਲ ਜਿਹੜਾ ਮੇਰੇ ਹੱਥੋਂ ਫੜ ਲਿਆ ਅਤੇ ਫੋਟੋ ਵੇਖਣ ਲੱਗ ਪਏ, ਅਤੇ ਦੇਖ ਕੇ ਹੀ ਜਿਹੜੇ ਭਾਅ ਜੀ ਦੇ ਨਾਲ ਆਏ ਸੀ ਉਹਨਾਂ ਨੂੰ ਦਿਖਾਈ ਕਿ ਆਹ ਵੇਖੋ ਫੋਟੋ 2 ਸਾਲ ਪਹਿਲਾਂ, ਕਹਿੰਦੇ ਦੇਖ ਲਓ। ਅਤੇ ਮੈਂ ਕਿਹਾ ਭਾਅ ਜੀ ਹਾਂਜੀ, ਅਤੇ ਆਪਾਂ ਜਲਦੀ ਆਉਂਦੇ ਫਿਰ ਦੁਬਾਰਾ ਮਿਲਾਂਗੇ। ਫਿਰ ਭਾਅ ਜੀ ਨੇ, ਫਿਰ ਜਦੋਂ ਆਪਾਂ ਆਉਣ ਲੱਗੇ ਤਾਂ ਭਾਅ ਜੀ ਨੇ ਮੇਰੀ ਫੈਮਿਲੀ ਦੇ ਨਾਲ ਫੋਟੋ ਖਿਚਾਈ। ਇਹ ਜਰਨੀ ਸੀ ਜਿਹੜੀ ਆਪਾਂ ਗੁਰਪ੍ਰੀਤ ਘੁੱਗੀ ਭਾਅ ਜੀ ਨੂੰ ਆਪਾਂ ਮਿਲੇ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦੇ ਸੁਭਾਅ ਦਾ ਪਤਾ ਲੱਗਿਆ ਕਿ ਹਾਂ ਵੀ ਜਿੱਦਾਂ ਰੀਅਲ ਲਾਈਫ ਦੇ ਵਿੱਚ ਗੁਰਪ੍ਰੀਤ ਘੁੱਗੀ ਭਾਅ ਜੀ, ਲਾਈਕ ਅਰਦਾਸ ਮੂਵੀ ਸਾਰਿਆਂ ਨੇ ਦੇਖੀ ਹੋਏਗੀ, ਅਰਦਾਸ 2 ਦੇਖੀ ਆ, ਅਤੇ ਮਤਲਬ ਕਿੰਨੀ ਜ਼ਿਆਦਾ ਹਲੀਮੀ ਨਾਲ। ਸੋ ਅਸਲ ਦੇ ਵਿੱਚ ਵੀ ਜਿਹੜੇ ਗੁਰਪ੍ਰੀਤ ਘੁੱਗੀ ਭਾਅ ਜੀ ਦੇ ਜਿਹੜੇ ਥਾਊਟਸ ਆ ਉਹ ਸੇਮ ਆ, ਵੈਰੀ ਗੁੱਡ ਐਂਡ ਮਤਲਬ ਕਲੀਅਰ ਥਾਊਟ ਆ ਉਹਨਾਂ ਦੇ ਬਿਲਕੁਲ। ਅਤੇ ਉਹ ਮੋਟੀਵੇਟ ਕਰਦੇ ਸੀ, ਸਟਿਮੂਲੇਟ ਕਰਦੇ ਸੀ ਸਾਨੂੰ ਕਿ ਕਦੀ ਵੀ ਪਿੱਛੇ ਨਹੀਂ ਹਟਣਾ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਦੇ ਵਿੱਚ ਅਪਸ ਐਂਡ ਡਾਊਨਸ ਆਉਂਦੇ ਹੀ ਰਹਿਣੇ ਆ। ਜਦੋਂ ਤੁਸੀਂ ਉੱਤੇ ਜਾਓਗੇ ਪੈਰ ਧਰਤੀ 'ਤੇ ਰੱਖਣੇ ਆ, ਜਦੋਂ ਤੁਸੀਂ ਥੱਲੇ ਡਿੱਗਦੇ ਹੋ ਤਾਂ ਲੋਕ ਤੁਹਾਨੂੰ ਥੱਲੇ ਹੋਰ ਧੱਸਣ ਵਾਸਤੇ ਆਉਣਗੇ। ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਸਾਡਾ, ਅਤੇ ਵੈਰੀ ਡਾਊਨ ਟੂ ਅਰਥ ਬੰਦੇ ਆ, ਹੈ ਹਲੀਮੀ ਨਾਲ ਗੱਲ ਕਰਦੇ ਆ, ਸੁਣਦੇ ਆ ਇੱਕ ਦੂਸਰੇ ਦੀ ਗੱਲ। ਫਿਰ ਮੈਂ ਉਹਨਾਂ ਨੂੰ ਕਿਹਾ ਆਪਾਂ ਜ਼ਰੂਰ ਫਿਰ ਮਿਲਾਂਗੇ। ਹਾਂ ਅਤੇ ਜ਼ਰੂਰ ਮਿਲਾਂਗੇ। ਅੱਜ 2021 ਹੋ ਗਈ, 2 ਸਾਲ ਹੋ ਗਏ ਫਿਰ ਆਪਾਂ ਨੂੰ ਮਿਲੇ ਨੂੰ, ਅਤੇ ਬਾਬਾ ਮਿਹਰ ਕਰੇ ਅਤੇ ਛੇਤੀ ਸਬੱਬ ਬਣੇਗਾ ਫਿਰ ਤੋਂ। ਅਤੇ ਇਸ ਵਾਰੀ ਮੈਂ ਕੋਸ਼ਿਸ਼ ਇਹ ਕਰਾਂਗਾ ਜਦੋਂ ਗੁਰਪ੍ਰੀਤ ਘੁੱਗੀ ਭਾਅ ਜੀ ਨਾਲ ਮਿਲਾਂ ਅਤੇ ਉਹਨਾਂ ਨੂੰ ਵੀ ਆਪਣੇ ਵਲੋਗ ਦੇ ਵਿੱਚ ਐਡ ਕਰਾਂ, ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗਾ, ਕੋਸ਼ਿਸ਼ ਕਰਾਂਗਾ ਜ਼ੋਰ ਨਹੀਂ। ਬਾਕੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੋਗ ਜਿਹੜਾ ਵਧੀਆ ਲੱਗਾ ਹੋਏਗਾ। ਜੇ ਵੀਡੀਓ ਵਧੀਆ ਲੱਗੀ ਹੋਏ ਲਾਈਕ, ਵੀਡੀਓ ਨੂੰ ਕਮੈਂਟ, ਸ਼ੇਅਰ ਕਰਿਓ ਕਰਿਓ ਤੇ ਬਸ ਐਦਾਂ ਹੀ ਵੀ ਕਰ ਲਿਓ ਤੇ ਟੱਲੀ ਵਾਲਾ ਬਟਨ ਵੀ ਦਬਾ ਦਿਓ ਬੋਲਾ, ਬਸ ਐਦਾਂ ਹੀ ਕਰਦੇ ਰਹੋ ਪਿਆਰ ਬੇਸ਼ੁਮਾਰ। ਮੈਂ ਤੁਹਾਡਾ ਪਾਲਪ੍ਰੀਤ ਸਿੰਘ, ਠੀਕ ਹੈ ਵੀ ਨਾਲ ਅਗਲੀ ਵੀਡੀਓ ਤੱਕ ਸਤਿ ਸ੍ਰੀ ਅਕਾਲ। ਚਲੋ।